लो जी सानू सुखना झील अज दृश्य दिखाइए। पहाड़ दिखाई, पहाड़ ओ देखो पहाड़ आ गए नैना देवी वाले। नैना देवी वाले पहाड़ देख लो जी, देखो जी आ जंगल भी दिखा दे रहा है उधर पनामा वाला। हां सारी सुखना झील आ गई, सानू आगे भी और दिखाउने। अच्छा आप पूरा देख के नहीं कर रहे खाई वाले खाले। हां ਬਾਲੇ ਵਧੀਆ ਨੇ ਇਹ, ਸਾਡੇ ਸਕੂਲ ਚ ਲੱਗੇ ਹੁੰਦੇ ਸੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ। ਆ ਵਿੱਦਿਆ ਪੜ੍ਹਾਈ ਦਿਖਾਓ ਜੀ। ਆ ਦੇਖੋ ਜੀ ਇਹ ਬਾਲੇ ਵਧੀਆ ਫੁੱਲ ਹੁੰਦੇ ਨੇ, ਮੂੰਹ ਬੜੇ ਹੁੰਦੇ ਨੇ ਉਹਦੇ ਉੱਤੇ। ਆ ਦੇਖੋ ਮੂੰਹ ਜੇ ਬੜੇ ਹੁੰਦੇ ਸਾਲੇ ਦੇ ਹਨਾ। ਆ ਦੇਖੋ ਇਹ ਜਦੋਂ ਪੜ੍ਹਦੇ ਹੁੰਦੇ ਸੀ ਅਸੀਂ ਸਾਡੇ ਸਕੂਲ ਦੇ ਵਿੱਚ ਵੀ ਲੱਗੇ ਹੁੰਦੇ ਸੀ। ਨਿਕੇ ਆਪਾਂ ਤਾਂ ਲੱਤਾਂ ਵਾਲੀ ਕਿਸ਼ਤੀ ਚੱਲਾਂ ਕੱਲੇ ਕੱਲੇ। ਆਹਾਂ ਜਿਹੜੀ ਪੌੜੀ ਜੀ ਜਾਂਦੀ ਹੈ ਮੈਨੂੰ ਲੱਗਦਾ ਇਹ ਵਿੱਚ ਉਤਰਦੀ ਹੈ ਝੀਲ ਦੇ। ਆ ਜਾਓ ਇਹ ਆਪਣਾ ਇਹਦਾ ਉਹ ਹੈ ਜੀ, ਇਹਦਾ ਕੀ ਕਹਿੰਦੇ ਇਹਦਾ ਜਿਹੜਾ ਮਤਲਬ ਬਣਿਆ ਹੋਇਆ ਸਟਰਕਚਰ ਵੀ ਕਦੋਂ ਦੀ ਬਣੀ ਹੋਈ ਹੈ ਇਹ। ਅੱਛਾ ਇਹ ਤੇ ਮਤਲਬ ਆਪਾਂ ਉਹ ਕਰ ਸਕਦੇ ਹਾਂ ਵੀਡੀਓ। ਆ ਜਾਓ ਆ ਜਾਓ ਆਪਾਂ ਪੁੱਛਦੇ ਹਾਂ ਵੀਡੀਓਗ੍ਰਾਫੀ ਇੱਥੇ ਲਿਖਿਆ ਹੋਇਆ ਹੋਵੇ ਉਹ ਉੱਥੇ ਜਾ ਕੇ ਤਾਂ ਦੇਖਾਂਗੇ ਤਾਂ ਹੀ ਆ। ਚਲੋ ਚਲੋ ਜੀ ਤੁਸੀਂ ਮੂਹਰੇ ਰੱਖੋ ਕੈਮਰਾਮੈਨ ਓਏ ਕੋਈ ਹੋਣੀ ਇਹ ਆ ਤਾਂ ਆਹ ਵਿੱਚ ਬਣਿਆ ਹੋਇਆ ਇਹ ਜਗਾੜ ਇਹਦੇ ਉੱਪਰ ਦੀ ਘੁੰਮੀ ਹੋਈ ਲੱਗਦੀ ਮੈਨੂੰ ਇਹ ਤੁਹਾਨੂੰ ਮੈਂ ਦਿਖਾਉਣ ਬਾਰੇ ਫੋਟੋ ਖਿੱਚੋ ਇਹਦੀ 1958 14 3 ਕਿਲੋਮੀਟਰ ਦਾ ਰੌਂਡ ਏਰੀਏ ਦਾ ਲੈਂਜਸ ਲਿਆਉਂਦੇ ਬਹੁਤ 3 ਕਿਲੋਮੀਟਰ ਕੀ ਥੋੜ੍ਹਾ ਹੁੰਦਾ ਪੰਜ ਬੰਦੇ ਤੋਂ ਵੱਧਦੇ ਤੇ ਕਿੰਨੇ ਭਾਰਤ ਦੇ ਨਾਮ ਦੇਖੋ ਪਾਣੀ ਉਹ ਪਾਣੀ ਚਾਰ ਸਪੇਰੇ ਚੰਡੀਗੜ੍ਹ ਝੀਲ ਦੇਖ ਰਹਾ ਮੈਂ ਤੈਨੂੰ ਸਾਰਾ ਆ ਜੀ ਟਾਈਮ ਕੱਢ ਕੇ ਉਗਾਉਣਾ ਵੀ ਚੱਲਦਾ ਹੁੰਦਾ ਇੱਕ ਪੰਛੀ ਤਾਂ ਤੂੰ ਵੀ ਬਥੇਰਾ ਵਧੀਆ। ਇਹ ਪੰਛੀਆਂ ਦੇ ਰਮਾਨ ਨੇ ਜੀ ਇਹ ਉੱਡਣ ਜਿਹੜੇ ਆ ਦਰਖਤ ਕਿਹੜਾ ਹਾ ਬਈ ਇਹ ਬੜਾ ਸੁੰਦਰ ਹੈ ਯਾਰ ਨਹੀਂ ਦੀ ਫੋਟੋ ਖਿੱਚੀ ਉਹ ਤੇ ਮੌਸਰ ਕਿਹੜਾ ਹੋ ਖਿੱਚ ਉਹ ਇਹੀ ਦੇ ਰਿਹਾ ਸੀ ਆਪਾਂ ਨੂੰ ਹੋਰ ਅੱਛਾ ਹੈ ਹੈ ਇਹੀ ਦੇ ਰਿਹਾ ਸੀ ਉਹ ਯਾਰ ਅੱਜ ਸਾਡਾ ਦੇਖੇ ਨਹੀਂ ਰਿਹਾ ਕਿੱਥੇ ਵਗ ਗਿਆ ਬਹੁਤ ਹੀ ਪੁਰਾਣੇ ਪਿੱਪਲੇ ਘੱਟੋ ਘੱਟ 200 ਬੰਦੇ ਨੂੰ ਇਹ ਆਪਣੇ ਥੱਲੇ ਲੈ ਕੇ ਬਹਿਜੂ 200 ਬੰਦੇ ਨੂੰ ਕਹਿ ਰੋਜ਼ਗਾਰ ਦੇ ਐਂ ਹੀ ਕਹਿ ਦੋ
ਬੜਾ ਘੈਂਟ ਤਰਾਸ਼ਿਆ ਹੋਇਆ ਉਹ ਦੇਖ ਲੈ ਨਿੱਕੇ ਹੱਥ ਜਾ ਖਿੱਚਣੀ ਫੋਟੋ ਤੂੰ ਤੇਰੀ ਤਾਂ ਹੁਣ ਖਿੱਚੀ ਹੋਈ ਆ ਲੰਘ ਜਾਣੀ ਆ ਇਹ ਤਾਂ ਮੱਚ ਮਰੇ ਪਏ ਇਹਨੂੰ ਐਂ ਵੀ ਮੈਨੂੰ ਕਹਿ ਕੇ ਨਹੀਂ ਖਿਚਾਉਂਦਾ ਫਿਰ ਇਹਨੂੰ ਐਂ ਹੋ ਜਾਂਦਾ ਵੀ ਮੈਂ ਹਾਂ